ਮੈਂ ਇੱਕ ਚੌੜ ਦੇ ਵਿੱਚ ਵੀਡੀਓ ਉਈ ਵੈਸੇ ਹੀ ਫਨ ਸਨ ਕਰਦੇ ਸੀ, ਮੈਨੂੰ ਨਹੀਂ ਪਤਾ ਸੀ ਵੀ ਗੱਲ ਇੱਥੇ ਤੱਕ ਪਹੁੰਚ ਜੂ। ਅਤੇ ਮੈਂ ਆਪ ਪੰਡਿਤਾਂ ਦਾ ਮੁੰਡਾ ਹੈ ਨਾ, ਵੀ ਟਿਕਟੋਕ 'ਤੇ ਪਾ ਤੀ ਮੇਰੇ ਨਾ ਸਰਦਾਰ ਮੁੰਡੇ ਸੀ, ਹੁਣ ਉਹਨੂੰ ਧਰਮ ਦੇ ਨਾਲ ਜੋੜ ਰਹੇ ਨੇ, ਸਾਡੀ ਹਿੰਦੂ ਕਮਿਊਨਿਟੀ, ਸਾਡੀ ਸ਼ਰਮਾ ਫੈਮਿਲੀ ਦੇ ਲੋਕ ਜੋੜ ਰਹੇ ਨੇ ਉਹਨੂੰ ਧਰਮ ਦੇ ਨਾਲ, ਸਿੱਖ ਧਰਮ ਨਾਲ ਜੋੜ ਰਹੇ ਨੇ। ਇਹ ਮੈਨੂੰ ਇੰਨੀ ਘਟੀਆ ਸੋਚ ਲੱਗੀ, ਓਏ ਯਾਰ ਗੱਲਾਂ ਹੀ ਛੱਡ ਦਿਓ। ਅਤੇ ਇਹ ਧਰਮ ਨਾਲ ਯਾਰ ਤੁਸੀਂ ਧਰਮਾਂ 'ਚ ਲੜਾਈਆਂ ਕਰਾਉਣਾ ਚਾਹੁੰਦੇ ਹੋ? ਯਾਰ ਮੇਰੀ ਗਲਤੀ ਹੈ, ਮੈਂ ਆਪਣੀ ਗਲਤੀ, ਜੇ ਤੁਹਾਨੂੰ ਲੱਗਦਾ ਵੀ ਹਾਂ ਤਨੋਜ ਨੇ ਵੀ ਵੀਡੀਓ ਗਲਤ ਪਾ ਤੀ, ਵੀ ਸ਼ਰਮਾ ਵੀ ਐਂ ਕਹਿੰਦਾ ਹਾਏ ਬਾਹਮਣੀ, ਉਹ ਗੱਲ ਨਹੀਂ ਚੱਲਦੀ। ਰਿੰਕੂ ਪਤਾ ਨਹੀਂ ਕੀ ਐਂ ਜੇ ਕੋਈ ਰਿੰਕੂ, ਹਾਏ ਰਿੰਕੂ, ਮੈਂ ਵਾਰੀ ਵਾਰ ਸੀ ਕੱਟਣ ਗਈ ਸੀ, ਕੱਟ ਕੇ ਲਿਆਂਦਾ ਸੂਟ ਜਾਮਣੀ, ਮੈਂ ਕਹਿੰਦਾ ਹਾਏ ਬਾਹਮਣੀ, ਹਾਏ ਬਾਹਮਣੀ। ਇਹ ਗੱਲ ਦਾ ਇੰਨਾ ਮੁੱਦਾ ਬਣਾ ਤਾ, ਇੰਨਾ ਮੁੱਦਾ ਬਣਾ ਤਾ, ਉਹ ਮੇਰੇ ਬਾਰੇ ਇੰਨੀਆਂ ਵੀਡੀਓ ਪੈ ਰਹੀਆਂ ਨੇ ਲੋਕਾਂ ਦੀਆਂ ਫੇਸਬੁੱਕ 'ਤੇ, ਟਿਕਟੋਕ 'ਤੇ, ਹੋਰ ਇੰਨਾ, ਜਿਵੇਂ ਮੈਂ ਕੋਈ ਖਾੜਕੂ ਹੋਵਾਂ, ਜਿਵੇਂ ਮੈਂ ਕੋਈ ਹਿੰਦੂਆਂ ਦਾ ਬਹੁਤ ਕੱਟੜ ਦੁਸ਼ਮਣ ਹੋਵਾਂ, ਅਤੇ ਮੈਂ ਇੱਕ ਹਿੰਦੂ ਹੋਣ ਦਾ ਮੈਨੂੰ ਇਹ ਲੱਗਦਾ ਵੀ ਮੈਂ ਵੱਡਾ ਕਲੰਕਿਤ ਕਰਤਾ, ਐਂ ਮੇਰਾ ਐਡਾ ਇਲਜ਼ਾਮ, ਇੰਨਾ ਟੋਰਚਰ ਕਰਿਆ ਨੇ ਫੋਨ, ਮੈਂ ਸ਼ਿਵ ਸੈਨਾ ਦਾ ਪ੍ਰਧਾਨ ਹੈ, ਮੈਂ ਹਿੰਦੂ ਦਲ ਦਾ, ਮੈਂ ਬਰਜੰਗ ਦਲ ਦਾ, ਮੈਂ ਇਹ ਦਲ ਦਾ, ਮੈਂ ਬਹੁਤ ਪਤਾ ਨਹੀਂ ਕੀ ਫੋਨ ਆ ਰਹੇ ਨੇ। ਠੀਕ ਹੈ, ਜੇ ਕਿਸੇ ਨੂੰ ਮੈਂ ਮਾਫ਼ੀ ਮੰਗਦਾ, ਮੈਨੂੰ ਮਾਫ਼ ਕਰੋ। ਠੀਕ ਆ, ਤੁਸੀਂ ਆਪਦੇ ਧਰਮ ਨੂੰ ਹਿੰਦੂ ਦਾ, ਅਤੇ ਮੈਂ ਆਪ ਹਿੰਦੂ ਫੈਮਿਲੀ ਦੇ ਵਿੱਚੋਂ ਹਾਂ, ਮੇਰੇ ਭਾਈ ਦਾ ਪਿੱਛੇ ਜੇ ਵਿਆਹ ਹੋਇਆ ਹਿੰਦੂ ਰੀਤੀ ਰਿਵਾਜ਼ਾਂ ਨਾਲ ਹੋਇਆ, ਮੈਂ ਹਮੇਸ਼ਾ ਜਾਗਰਣਾਂ ਦੇ, ਜਗਰਾਤਿਆਂ ਦੇ ਪ੍ਰੋਗਰਾਮਾਂ 'ਤੇ ਜਾਂਦਾ ਰਹਿਣਾ। ਉਹ ਚੌੜ 'ਚ ਉਈ ਮਜ਼ਾਕ ਕਰਦੇ ਸੀਗੇ, ਐਂ ਤਾਂ ਬਹੁਤ ਸਾਰੀਆਂ ਯੂਟਿਊਬ 'ਤੇ, ਅਤੇ ਉਹ ਪਈਆਂ ਨੇ। ਅਤੇ ਇੱਕ ਗੱਲ ਹੋਰ ਆ, ਹੁਣ ਚਲੋ ਮੈਂ ਆਪਦੀ ਮਾਫ਼ੀ ਮੰਗਦਾ, ਠੀਕ ਆ, ਜੇ ਤੁਹਾਨੂੰ ਲੱਗਦਾ ਵੀ ਮੈਂ ਗਲਤ ਬੋਲਿਆ, ਮੈਂ ਮਾਫ਼ੀ ਮੰਗਦਾ ਇਸ ਚੀਜ਼ 'ਤੇ, ਮੈਨੂੰ ਮਾਫ਼ ਕਰੋ। ਅਤੇ ਦੂਸਰੀ ਗੱਲ ਹੁਣ ਧਿਆਨ ਨਾਲ ਸੁਣ ਲਿਓ ਮੇਰੇ ਹਿੰਦੂ ਭਰਾਵੋ, ਅਤੇ ਇੱਕ ਗੱਲ ਆ ਹਿੰਦੂ ਭਰਾਵੋ, ਤੁਸੀਂ ਤਾਂ ਐਂ ਯਾਰ ਮੇਰੇ 'ਤੇ ਟੁੱਟ ਕੇ ਪੈ ਗਏ ਜਿਵੇਂ ਮੈਂ ਬਾਹਲਾ ਕੋਈ ਕਲੰਕਿਤ ਕਰਤਾ ਹੁੰਦਾ, ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲਾ ਬੰਦਾ, ਅਤੇ ਕਹਿੰਦੇ ਤੂੰ ਭੈਣ ਨੂੰ, ਕਹਿੰਦੇ ਤੇ ਹਿੰਦੂ ਕਹਿੰਦਾ ਭੈਣ ਨੂੰ ਕਹਿਤਾ, ਕਹਿੰਦਾ ਭੈਣਾਂ ਨੂੰ ਕਹਿਤਾ, ਓਏ ਇੰਨੀ ਤਾਂ ਤੁਸੀਂ ਨਹੀਂ ਕੁੜੀਆਂ ਦੇ ਵਿਆਹ ਕਰੋ, 3-4 ਕੁੜੀਆਂ ਦੇ ਭੈਣ ਬਣਾ ਕੇ ਮੈਂ ਵਿਆਹ ਕਰਤੇ ਹੋਣਗੇ, ਬਾਕੀ ਹੋਰ ਦੇ ਵੀ ਕਰੂੰ, ਇੱਦਾਂ ਦੇ ਕੰਮ ਮੈਂ ਬਹੁਤ ਕਰਦਾ ਰਹਿਣਾ। ਮੈਂ ਕਦੇ ਵੀ ਕਿਸੇ ਦੀ ਕਾਸਟ ਨਹੀਂ ਦੇਖੀ ਅੱਜ ਤੱਕ, ਜਦੋਂ ਵੀ ਕਿਸੇ ਨੂੰ ਰਾਸ਼ਨ ਦੀ ਲੋੜ ਹੁੰਦੀ ਹੈ, ਕਿਸੇ ਨੂੰ ਖੂਨ ਦੀ ਲੋੜ ਹੁੰਦੀ ਹੈ, ਚਾਹੇ ਸਿੱਖ ਹੋਵੇ ਹਿੰਦੂ ਹੋਵੇ, ਯਾਰ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਸੀ ਜਦੋਂ ਫਿਰ ਕਹਿੰਦਾ ਬਾਈ ਮੈਂ ਸ਼ਰਮਾ, ਮੈਂ ਵੀ ਕਹਿੰਦਾ ਮੈਂ ਵੀ ਸ਼ਰਮਾ ਯਾਰ, ਅਤੇ ਖੁਸ਼ੀ ਹੁੰਦੀ, ਆ ਯਾਰ ਮੈਨੂੰ ਤਾਂ ਹੁਣ ਸ਼ਰਮ ਆਉਣ ਲੱਗ ਗਈ ਆਪਣੇ ਆਪ 'ਤੇ ਵੀ ਤੁਸੀਂ ਇੰਨੇ ਹੋ। ਇੱਕ ਗੱਲ ਹੋਰ ਹੈ, ਅਤੇ ਵੈਸੇ ਸਾਰਿਆਂ ਨੂੰ ਪਤਾ ਲੱਗ ਗਿਆ ਹੁਣ ਦੁਨੀਆ 'ਚ ਵੀ, ਬਾਕੀ ਮੈਨੂੰ ਕੋਈ ਪਬਲਿਸਿਟੀ ਦਾ ਸਟੰਟ ਦੀ ਲੋੜ ਨਹੀਂ, ਮੈਨੂੰ ਰੱਬ ਦੀ ਕਿਰਪਾ ਨਾਲ ਮੇਰੇ ਵੀਡੀਓ ਦੇ ਵਿਊ ਮਿਲੀਅਨ ਜਾਂਦੇ ਨੇ, ਮੈਨੂੰ ਸਾਰੇ ਲੋਕ ਜਾਣਦੇ ਆ, ਪਿਆਰ ਕਰਦੇ ਆ, ਮੈਨੂੰ ਬਹੁਤ ਪਿਆਰ ਨਾਲ ਫੋਨ ਆ ਰਹੇ ਨੇ, ਅਤੇ ਕਹਿੰਦੇ ਬਾਈ ਯਾਰ ਤੇਰਾ ਬਹੁਤ ਵੀਡੀਓ ਦੇਖਦੇ, ਤੈਨੂੰ ਅੱਜ ਕਿੱਡੀ ਗੱਲ ਹੋਈ ਆ, ਤੂੰ ਮਾਫ਼ੀ ਮੰਗ ਲਾ, ਮੈਂ ਕੋਈ ਗੱਲ ਨਹੀਂ ਯਾਰ ਮੈਂ ਮੰਗ ਲੈਣਾ, ਠੀਕ ਆ ਕਿੱਡੀ ਗੱਲ ਆ, ਅਤੇ ਮਾਫ਼ੀ ਮੰਗਣ ਨਾਲ ਮੈਂ ਛੋਟਾ ਨਹੀਂ ਹੁੰਦਾ। ਅਤੇ ਦੂਸਰੀ ਗੱਲ, ਆਹ ਮੇਰਾ ਭਰਾ ਗਾ, ਇਹ ਵੀ ਸ਼ਰਮਾਂਗਾ, ਠੀਕ ਆ। ਅਤੇ ਇੱਕ ਗੱਲ ਆ, ਜਿਹਨਾਂ ਨੂੰ ਨਹੀਂ ਪਤਾ ਸੀਗਾ ਵੀ ਮੈਂ ਬਾਹਮਣ ਹਾਂ, ਉਹਨਾਂ ਨੂੰ ਵੀ ਪਤਾ ਲੱਗ ਗਿਆ ਬਾਈ ਮੈਂ ਬਾਹਮਣ ਹਾਂ। ਅਤੇ ਸਾਨੂੰ ਲੋਕ ਪਤਾ ਕੀ ਕਹਿੰਦੇ ਆ, ਗੰਗੂ ਦੀ ਲਾਦ ਵੀ ਕਹਿੰਦੇ ਆ, ਬਥੇਰੇ ਕਹਿੰਦੇ ਉਹਨਾਂ ਦਾ ਫੜ ਲਓ ਜਿਹੜਾ ਫੜਨਾ ਹੋਏ, ਸਾਨੂੰ ਬਥੇਰੇ ਕਹਿੰਦੇ ਨੇ ਬਾਹਮਣ ਦੀ ਗੰਗੂ ਦੀ ਲਾਦ ਹੋ ਤੁਸੀਂ, ਅਸੀਂ ਅਗਲੇ ਦੇ ਡਲਾ ਮਾਰੀਏ, ਮਾਰ ਦੀਏ ਅਗਲੇ ਨੂੰ, ਅਸੀਂ ਪਿੰਡਾਂ 'ਚ ਦੁਸ਼ਮਣੀਆਂ ਪਾਲੀਏ ਆਪਦੇ ਭਾਈਚਾਰੇ ਨਾਲ। ਬਥੇਰੇ ਕਹਿੰਦੇ ਮੇਰੇ ਯਾਰ ਦੋਸਤ ਕਹਿੰਦੇ ਨੇ ਯਾਰ ਤੂੰ ਬਾਹਮਣ ਆ, ਤੂੰ ਗੰਗੂ ਦੀ ਲਾਦ ਆ, ਉਹ ਮੈਂ ਕਹਿੰਦਾ ਯਾਰ ਹਾਂ ਮੈਂ ਹੈਗਾ ਯਾਰ, ਅਸੀਂ ਤਾਂ ਚੌੜ 'ਚ ਮਜ਼ਾਕ 'ਚ ਵੀ ਗੱਲ ਟਾਲ ਦਿੰਦੇ ਹਾਂ, ਮੇਰੀ ਮਾਂ ਨੂੰ ਆਪ ਆ ਕੇ ਕਹਿੰਦੇ ਨੇ ਬਾਹਮਣੀ, ਠੀਕ ਆ, ਬਾਹਮਣੀ ਕਹਿ ਦਿੰਦੇ ਨੇ,
ਮੇਰੇ ਭਾਈ ਨੂੰ ਵੀ ਬਾਹਮਣ ਕਹਿੰਦੇ ਨੇ, ਮੈਨੂੰ ਕਹਿੰਦੇ ਨੇ ਬਾਹਮਣੀ। ਬਥੇਰੇ ਗਾਣੇ ਬਣੇ ਨੇ ਬਾਹਮਣੀ ਕੱਚ ਦੇ ਗਲਾਸ ਵਰਗੀ, ਬਥੇਰੇ ਗਾਣੇ ਆਏ ਨੇ ਬਾਹਮਣਾਂ 'ਤੇ, ਸ਼ਰਮਿਆਂ 'ਤੇ ਬਥੇਰੇ ਗਾਣੇ ਆਏ ਨੇ। ਉਹਨਾਂ ਦਾ ਕਰੋ ਪਹਿਲਾਂ, ਫਿਰ ਉਦੋਂ ਬਾਅਦ ਮੇਰੇ ਨਾਲ ਗੱਲ ਕਰਿਓ। ਬਾਕੀ ਹਿੰਦੂ ਪ੍ਰਚਾਰ, ਜਿਹੜੇ ਸਿੱਖ ਧਰਮ ਦੇ ਪ੍ਰਚਾਰਕ ਨੇ, ਉਹ ਹੁਣ ਸਿੱਖ ਇਤਿਹਾਸ ਦਾ ਦਿਨ ਲੰਘ ਕੇ ਗਿਆ, ਠੀਕ ਹੈ। ਉਹਦੇ ਵਿੱਚ ਉਹ ਪ੍ਰਚਾਰਕ ਸਰੇਆਮ ਕਹਿ ਰਹੇ ਨੇ ਕਿ ਜਿਹੜਾ ਗੰਗੂ ਸੀਗਾ, ਜਿਹਨੇ ਸਾਹਿਬਜ਼ਾਦਿਆਂ ਨੂੰ ਲਾਲਚ ਦੇ ਕੇ ਕੈਦ ਕਰਵਾਇਆ, ਅਤੇ ਉਹ ਬਾਹਮਣ ਸੀ। ਸਰੇਆਮ ਪ੍ਰਚਾਰ ਕਹਿੰਦੇ ਨੇ, ਉਹਨਾਂ ਨੂੰ ਤਾਂ ਕੋਈ ਕੁਛ ਕਹਿੰਦਾ ਨਹੀਂ ਹੈਗਾ। ਮੈਂ ਟਿਕਟੋਕ 'ਤੇ ਵੀਡੀਓ ਪਾਤੀ, ਸਾਰੇ ਮੇਰੇ ਮਗਰੀ ਪੈ ਗਏ ਸਾਰੇ, ਜਿਵੇਂ ਮੈਂ ਵੱਡਾ ਕਲੰਕਿਤ ਕਰਤਾ ਹੁੰਦਾ। ਬਾਕੀ ਇੱਕ ਗੱਲ ਹੋਰ ਹੈ, ਮੈਂ ਮਾਫ਼ੀ ਮੰਗਦਾ, ਠੀਕ ਆ। ਜੇ ਮੈਨੂੰ ਅੱਜ ਤੋਂ ਬਾਅਦ ਫੋਨ ਆ ਗਿਆ ਤਾਂ ਕੋਈ ਸ਼ਿਵ ਸੈਨਾ ਦਾ ਪ੍ਰਧਾਨ ਹੋਵੇ, ਜੋ ਮਰਜ਼ੀ ਹੋਵੇ, ਘਰੇ ਹੋਵੋਗੇ ਆਪਦੇ, ਮੈਂ ਡਰਦਾ ਵੀ ਨਹੀਂ ਹੈਗਾ ਕਿਸੇ ਤੋਂ, ਠੀਕ ਹੈ। ਗੱਲ ਐਵੇਂ ਚੌੜੇ ਹੋਈ ਨਾ, ਪਹਿਲਾਂ ਉਹਨਾਂ ਨਾਲ ਗੱਲ ਕਰੋ, ਫਿਰ ਮੇਰੇ ਨਾਲ ਕਰਿਓ ਤੁਸੀਂ। ਬਾਕੀ ਇੱਕ ਗੱਲ ਹੋਰ, ਮੈਨੂੰ ਤਾਂ ਖੁਸ਼ੀ ਹੋਈ ਹੈ ਇੱਕ, ਪਤਾ ਕੀ ਖੁਸ਼ੀ ਹੋਈ ਹੈ, ਕਿ ਜਿਨ੍ਹਾਂ ਨੂੰ ਨਹੀਂ ਪਤਾ ਸੀ ਵੀ ਮੈਂ ਬਾਹਮਣ ਹਾਂ, ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਤਨੋਜ ਬਾਹਮਣ ਹੈ, ਮੈਂ ਸ਼ਰਮਾਂ। ਪਰ ਬੜੇ ਦੁੱਖ ਨਾਲ ਮੈਨੂੰ ਕਹਿ ਰਿਹਾ ਯਾਰ, ਮੇਰਾ ਤਾਂ ਧਰਮ ਚੇਂਜ ਕਰਾਉਣ ਨੂੰ ਜੀ ਕਰਨ ਲੱਗ ਗਿਆ, ਇੰਨੀ ਮੈਨੂੰ ਨਫ਼ਰਤ ਹੋ ਗਈ ਰਾਤ ਤੋਂ ਰਾਤ, ਵੀ ਮੇਰਾ ਜੀ ਕਰਦਾ ਮੈਂ ਇਹ ਜਿਹੜਾ ਹਿੰਦੂ ਧਰਮ ਆ ਇਹਨੂੰ ਛੱਡਦਾ। ਮੈਨੂੰ ਕੋਈ ਵੀ ਧਰਮ ਅਪਣਾਉਣਾ ਚਾਹੁੰਦਾ, ਕੋਈ ਜਾਤ ਅਪਣਾਉਣਾ ਚਾਹੁੰਦੀ ਆ, ਅਪਣਾ ਲਏ। ਜੇ ਕੋਈ ਹੈਗਾ ਮੇਰੇ ਨਾਲ ਕੰਟੈਕਟ ਕਰ ਲਏ, ਬਾਈ ਮੈਂ ਆਪਣਾ ਹਿੰਦੂ ਧਰਮ ਛੱਡਣਾ ਚਾਹੁੰਦਾ। ਅਤੇ ਬਾਕੀ ਮੈਂ ਆਪਣਾ ਹਿੰਦੂ ਧਰਮ ਛੱਡਣਾ ਚਾਹੁੰਦਾ। ਤੇ ਮੈਂ ਹਿੰਦੂ ਧਰਮ ਛੱਡਣਾ ਚਾਹੁੰਦਾ ਯਾਰ, ਮੈਂ ਦੁਖੀ ਆ ਗਿਆ ਇਹਨਾਂ ਤੋਂ। ਕਿੱਡੀ ਕੁ ਗੱਲ ਹੋ ਗਿਆ, ਬਾਹਮਣੀ ਕਹਿੰਦਾ, ਬਾਹਮਣੀ ਬਥੇਰੇ ਸ਼ਬਦ ਕਹਿ ਦਿੰਦੇ ਨੇ, ਇਹ 'ਚ ਕੀ ਗੱਲ ਹੋ ਗਈ। ਕਹਿੰਦੇ ਤਾਂ ਭੈਣ ਭਾਈਆਂ ਦਾ ਉਹ ਕਰਤਾ ਪਤਾ ਨਹੀਂ, ਕਹਿੰਦੇ ਜੇ ਤੇਰੀ ਭੈਣ ਨੂੰ ਕਹੇ ਬਾਹਮਣੀ, ਯਾਰ ਕਿੱਡੀ ਕੁ ਗੱਲ, ਤੁਹਾਡੀ ਸੋਚ ਬਸ ਇੱਥੇ ਹੀ ਖੜੀ ਆ। ਬਹੁਤ ਵਕੀਲਾਂ ਦੇ ਵੀ ਫੋਨ ਆ ਰਹੇ ਨੇ, ਸਾਡੇ ਵੀ ਰਿਸ਼ਤੇਦਾਰ ਵਕੀਲ ਨੇ, ਸਾਡੇ ਵੀ ਸਾਰੇ ਕੁਛ ਨੇ, ਜੱਜ ਵੀ ਨੇ। ਮੈਂ ਆਪ ਹਿੰਦੂ ਆ, ਪੜ੍ਹਿਆ ਲਿਖਿਆ ਮੈਂ ਵੀ ਹੈਗਾ, ਇਹੋ ਜਿਹੀ ਗੱਲ ਨਹੀਂ ਹੈਗੀ। ਪਰ ਧਰਮ ਨਾਲ ਜੋੜਨਾ, ਸਿੱਖ ਕਮਿਊਨਿਟੀ ਨਾਲ ਤੁਸੀਂ ਜੋੜੀ ਜਾਂਦੇ ਹੋ, ਕਹਿੰਦੇ ਵੀ ਉਹਨਾਂ ਨੇ, ਕਹਿੰਦੇ ਸਰਦਾਰ ਮੁੰਡੇ ਸੀ ਇਹਨਾਂ ਦੇ ਨਾਲ, ਅਤੇ ਮੈਨੂੰ ਦੁੱਖ ਇਹ ਗੱਲ ਦਾ ਵੱਡਾ ਹੋਇਆ। ਮੈਨੂੰ ਇਹ ਨਹੀਂ ਗੱਲ ਹੈ ਦੁੱਖ ਵੀ ਚੱਲ ਮੈਨੂੰ ਕਿਹਾ ਜਾਓ, ਜੋ ਮਰਜ਼ੀ ਕਿਹਾ ਹੈ ਨਾ ਇਹਨਾਂ ਨੇ, ਜੋ ਕਮੈਂਟ ਕੀਤੇ ਉਹ ਨਹੀਂ, ਮੈਨੂੰ ਕੋਈ ਨਹੀਂ। ਪਰ ਜਿਹੜੇ ਮੇਰੇ ਨਾਲ ਮੇਰੇ ਦੋਸਤ ਸੀਗੇ, ਉਹ ਮੇਰੇ ਨਾਲ ਸੀਗੇ, ਚੌੜ ਮੱਤ ਕਰਦੇ ਸੀ, ਉਹਨਾਂ ਦੇ ਪੱਗਾਂ ਬੰਨੀਆਂ ਹੋਈਆਂ ਸੀ, ਤੁਸੀਂ ਧਰਮ ਨਾਲ ਜੋੜੀ ਜਾਂਦੇ ਹੋ। ਇਹ ਵਿੱਚ ਹਿੰਦੂ ਧਰਮ ਦੇ ਲੋਕ ਪਤਾ ਕੀ ਕਹਿ ਰਹੇ ਨੇ, ਇਹ ਕਹਿ ਰਹੇ ਨੇ, ਕਹਿੰਦੇ ਵੀ ਜਿਹੜੀ ਉਹ ਵੀਡੀਓ ਪਾਈ ਆ ਸਿੱਖਾਂ ਨੇ ਪਾਈ ਆ ਜਾਣ ਬੁੱਝ ਕੇ, ਉਹ ਸ਼ਰਮ ਕਰੋ, ਇਹ ਉਹ ਸ਼ਰਮ ਕਰੋ ਮਾੜੀ ਮੋਟੀ। ਉਹ ਤੁਸੀਂ, ਮੈਂ ਕਿਸੇ ਵੀ ਕਮਿਊਨਿਟੀ ਨੂੰ ਲੜਾਉਣਾ ਨਹੀਂ ਚਾਹੁੰਦਾ, ਕਲਾਕਾਰਾਂ ਸਾਡੀਆਂ ਹੋਰ ਵੀ, ਹੁਣ ਵੀ ਵੀਡੀਓ ਆ ਰਹੀ ਆ ਸਾਹਿਬਜ਼ਾਦਿਆਂ ਦੇ, ਬਣਾਈ ਆ ਮੈਂ ਹਿੰਦੂ ਹੋ ਕੇ ਇੱਕ ਟੀਚਰ ਦਾ ਰੋਲ ਕੀਤਾ, ਬਹੁਤ ਵਧੀਆ ਮੈਸੇਜ ਆ ਉਹ 'ਤੇ ਸਾਹਿਬਜ਼ਾਦਿਆਂ ਬਾਰੇ ਬਣਾਈ ਆ ਅਸੀਂ, ਕ੍ਰਿਸਮਿਸ ਬਾਰੇ, ਠੀਕ ਆ। ਸਾਰੇ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਹਾਂ, ਮੈਂ ਕਰਦਾ ਸਾਰਿਆਂ ਦਾ। ਮੈਨੂੰ ਇੰਨਾ ਮੈਂ ਕਦੇ ਗੁੱਸੇ ਹੋਏ, ਮੈਂ ਤਾਂ ਟਾਈਮ ਹੀ ਨਹੀਂ ਹੈਗਾ ਯਾਰ ਮੇਰੇ ਕੋਲ, ਤਾਂ ਆਹ ਮੇਰੇ ਹੈਪੂ ਹੀ ਭਰਾ ਨੇ ਗੇ, ਆਹ ਮੇਰਾ ਆਹ ਭਰਾ ਗਾ ਪੰਡਤ ਆ ਸਾਡਾ ਬਾਹਮਣ ਭਰਾ, ਮੈਂ ਤਾਂ ਬਿਜ਼ੀ ਬਹੁਤ ਨੇ, ਮੇਰੇ ਤਾਂ ਇੰਨੇ ਦਾ ਫੋਨ ਨਹੀਂ ਚੱਕਿਆ ਜਾਂਦਾ, ਤੁਸੀਂ ਮੇਰੇ ਪਰਸਨਲ ਫੋਨ 'ਤੇ ਲਾ ਲਾ। ਮੈਂ ਤਾਂ ਜਿਹੜਾ ਕੋਈ ਮੇਰਾ ਪੇਜ 'ਤੇ ਨੰਬਰ ਦਿੱਤੇ ਵੇ ਨੇ, ਕੈਨੇਡਾ ਦੇ ਮੁੰਡਿਆਂ ਦੇ ਨੰਬਰ ਦਿੱਤੇ ਵੇ ਨੇ, ਤੁਸੀਂ ਉਹਨਾਂ ਨਾਲ ਵੀ ਜਿੱਦ ਬਹਿਸ ਕਰ ਰਹੇ ਹੋ, ਉਹਨਾਂ ਦੀਆਂ ਆਡੀਓ ਰਿਕਾਰਡਿੰਗਾਂ ਕਰਕੇ ਵਾਇਰਲ ਕਰ ਰਹੇ ਹੋ, ਫਿਰ ਕਰ ਲਉਂਗੇ ਫਿਰ ਕੀ ਹੋਜੂ, ਕਿੱਡੀ ਕੁ ਗੱਲ ਹੋਜੂ। ਇਹ ਪਤਾ ਲੱਗ ਗਿਆ ਮੈਨੂੰ ਵੀ, ਵੀ ਸਾਡੇ ਧਰਮ ਦਾ ਕਿੱਥੇ ਖੜਾ ਅੱਜ ਆ, ਵਜੂਦ ਕਿੱਥੇ ਆ ਯਾਰ। ਮੈਂ ਤਾਂ ਇਸ ਦੇਸ਼ 'ਚ ਰਹਿਣਾ ਨਹੀਂ ਚਾਹੁੰਦਾ, ਜੇ ਕੋਈ ਵੀ ਮੇਰਾ ਵੀਰ ਭਰਾ ਇਸ ਹਿੰਦੁਸਤਾਨ ਦੇ ਵਿੱਚ, ਹਿੰਦੂਆਂ ਦੇ ਵਿੱਚ ਮੈਂ ਨਹੀਂ ਰਹਿਣਾ ਚਾਹੁੰਦਾ, ਮੈਂ ਆਪਣੇ ਧਰਮ ਨੂੰ ਚੇਂਜ ਕਰਨਾ ਚਾਹੁੰਦਾ, ਮੈਨੂੰ ਕ੍ਰਿਸਚਨ ਬਣਾ ਲਓ, ਜੋ ਬਣਾਉਣਾ ਬਣਾ ਲਓ ਯਾਰ, ਅਤੇ ਮੈਨੂੰ ਕੈਨੇਡਾ ਅਮਰੀਕਾ ਬੁਲਾ ਲਓ, ਭਾਈ ਬਣ ਕੇ ਮੈਂ ਕੈਨੇਡਾ ਅਮਰੀਕਾ ਬੁਲਾ ਲਓ ਮੈਨੂੰ।
ਮੈਨੂੰ ਧਮਕੀਆਂ ਦੇਈ ਜਾਂਦੇ ਨੇ, ਮੈਂ ਕੋਈ ਖਾੜਕੂ ਹਾਂ। ਇੱਕ ਗੱਲ ਹੋਰ ਆ, ਜੇ ਕੋਈ ਵੀ ਚਲੋ ਕਿਸੇ ਵੀ ਕਮਿਊਨਿਟੀ ਤੋਂ ਗਲਤੀ ਹੁੰਦੀ ਆ, ਤੁਹਾਡੇ ਹਿੰਦੂ ਭਰਾ ਤੋਂ ਹੁੰਦੀ ਆ, ਹੁਣ ਸਿੱਖ ਕਮਿਊਨਿਟੀ ਆ ਅਤੇ ਉਹਨੂੰ ਕਿਉਂ ਚਲੋ ਗਲਤੀ ਹੋ ਜਾਂਦੀ ਆ, ਬੱਚਿਆਂ ਤੋਂ ਵੀ ਗਲਤੀ ਹੁੰਦੀ ਆ, ਉਹਨੂੰ ਪਿਆਰ ਨਾਲ ਸਮਝਾ ਦਿੰਦੇ ਨੇ ਯਾਰ ਬਈ ਤੂੰ ਕੋਈ ਗੱਲ ਨਹੀਂ ਬਾਈ, ਅਤੇ ਤੋਂ ਗਲਤੀ ਹੋ ਗਈ ਠੀਕ ਆ, ਤੂੰ ਮਾਫ਼ੀ ਮੰਗ ਲਾ। ਅਤੇ ਮੈਂ ਮੰਗ ਲੈਣੀ ਸੀ ਅਤੇ ਵੀਡੀਓ ਪਾਉਣ ਲੱਗ ਗਏ, ਫਿਰ ਮੈਨੂੰ ਵੀ ਗੁੱਸਾ ਚੜ੍ਹ ਗਿਆ ਇਸ ਗੱਲ ਦਾ, ਫਿਰ ਮੈਨੂੰ ਕੀ ਆਉਂਦੀਆਂ ਨੇ ਗਾਲਾਂ ਕੱਢਣੀਆਂ। ਬਾਕੀ ਇੱਕ ਗੱਲ ਆ, ਜੰਮਣਾ ਵੀ ਇੱਕ ਦੇਣਾ ਅਤੇ ਮਰਨਾ ਵੀ ਇੱਕ ਦੇਣਾ, ਇਹ ਵੀ ਮੈਂ ਜਾਣਦਾ ਗੱਲ, ਪਰ ਮੈਂ ਕੋਈ ਕੰਟਰੋਵਰਸੀ 'ਚ ਨਹੀਂ ਆਉਣਾ ਚਾਹੁੰਦਾ, ਨਾ ਮੈਂ ਕੋਈ ਵਿਵਾਦ 'ਚ ਪੈਣਾ ਚਾਹੁੰਦਾ ਠੀਕ ਆ। ਅਤੇ ਜੇ ਤੁਹਾਨੂੰ ਲੱਗਦਾ ਵੀ ਬਾਹਮਣੀ ਮੈਂ ਕਿਹਾ, ਅਤੇ ਇੱਕ ਗੱਲ ਹੋਰ ਆ, ਮੈਂ ਕਮਾਰਾਂਗਾ, ਪੰਡਤਾਂ ਦਾ ਮੁੰਡਾ, ਭਾਈ ਮੇਰਾ ਬਾਹਰ ਆ, ਫੈਮਿਲੀ ਸੈੱਟ ਆ, ਸਾਰਾ ਕੁਛ ਸੈੱਟ ਹੈ, ਮੈਨੂੰ ਵੀ ਘਰ ਦੇ ਮੇਰੇ ਲਈ ਕੁੜੀ ਲੱਭ ਰਹੇ ਨੇ, ਐਂਟਰ ਕਾਰਸ ਮੈਰਿਜ ਕਰਾਉਣੀ ਨਹੀਂ, ਕਰਾਉਣੀ ਵੀ ਬਾਹਮਣੀ ਨਾਲ ਹੈ, ਇਹ ਵੀ ਕਹਿਣਾ ਬਾਹਮਣਾਂ ਦੀ ਕੁੜੀ ਨਾ ਕਰਾਊਂ, ਉਹ ਬਾਹਮਣੀ ਹੋਊਗੀ ਮੇਰੇ ਘਰ ਵਾਲੀ, ਬਾਹਮਣੀ ਹੋਊ, ਦੱਸੋ ਯਾਰ ਤੁਸੀਂ ਆਪ ਕਮੈਂਟ ਕਰਕੇ ਦੱਸੋ ਮੈਨੂੰ ਕਿੰਨੇ ਲੋਕ ਦੇਖ ਰਹੇ ਹੋ, ਜੇ ਮੇਰੇ ਮੈਂ ਬਾਹਮਣਾ ਮੇਰੇ ਘਰ ਵਾਲੀ ਕੀ ਹੋਊ ਦੱਸਿਓ ਵੀਰੇ, ਕਮੈਂਟ ਕਰਿਓ ਯਾਰ ਸਾਰੇ ਜਣੇ, ਬਾਹਮਣੀ ਹੋਊਗੀ, ਤੁਸੀਂ ਜੱਟ ਹੋ ਤੁਹਾਡੇ ਘਰ ਵਾਲੀ ਜੱਟੀ ਹੋਊਗੀ, ਜੇ ਕੋਈ ਹੋਰ ਕਾਸਟ ਤਾਂ ਉਹਦੀ ਕੀ ਹੋਊਗੀ, ਬਦਲ ਦਾਂਗੇ ਕਾਸਟ, ਕਾਸਟ ਬਦਲ ਦਾਂਗੇ, ਜੇ ਅਧਿਕਾਰ ਹੁੰਦਾ ਮੈਂ ਤਾਂ ਤੁਰੰਤ ਬਦਲਦਾ। ਸਾਡੇ ਜਿਹੜੇ ਪੰਡਤਾਂ ਦੇ ਲੋਕ ਨੇ ਆਪਦੇ ਨਾਲ ਸਿੰਘ ਲਾਉਣ ਲੱਗ ਗਏ, ਇਹ ਤਾਂ ਮੇਰੀ ਮਾੜੀ ਕਿਸਮਤ ਹੈ ਭੈਣ, ਵੀ ਜਿਹੜਾ ਮੇਰੇ ਨਾਂ 'ਤੇ ਸ਼ਰਮਾ ਲਿਖਤਾ, ਮੈਂ ਤਾਂ ਰੱਬ ਨੂੰ ਗਾਲਾਂ ਕੱਢਦਾ ਭੈਣ, ਵੀ ਇੱਕ ਹਿੰਦੂ ਧਰਮ 'ਚ ਮੈਨੂੰ ਕਿੱਥੇ ਜਨਮ ਦਿੱਤਾ, ਮੈਂ ਆਪਣੇ ਆਪ ਨੂੰ ਹੀ ਗਾਲਾਂ ਕੱਢਦਾ, ਇੰਨਾ ਮੈਂ ਟੋਰਚਰ ਹੋਇਆ, ਦੁਖੀ ਹੋਇਆ, ਮੈਂ ਦੱਸ ਨਹੀਂ ਸਕਦਾ, ਮੈਂ ਸਿਰਫ ਲਾਈਵ ਹੋ ਕੇ ਭੜਾਸ ਕੱਢ ਰਿਹਾ ਹਾਂ ਅੱਜ ਸਾਡੀ ਕਮਿਊਨਿਟੀ ਕਿੱਥੇ ਖੜ੍ਹੀ ਹੈ, ਇਹਨਾਂ ਦੀ ਸੋਚ ਕਿੱਥੇ ਖੜ੍ਹੀ ਹੈ, ਫਣਸਾਂ ਦੇ ਵਿੱਚ ਪਾ ਤਾਂ ਕਿੱਡੀ ਕੁ ਗੱਲ ਹੋ ਗਈ, ਇੰਟਰਟੇਨਮੈਂਟ ਉਹ ਦੇਵੀ ਦੇਵਤਿਆਂ ਦਾ ਇੰਨਾ ਜਲੂਸ ਕੱਢਦੇ ਆ ਲੋਕ, ਉਹ ਪੀ ਕੇ ਫਿਲਮ ਦੇ ਵਿੱਚ ਕਿੰਨਾ ਕੁਛ ਕਰਦੇ ਆ, ਸ਼ਿਵਜੀ ਭਗਵਾਨ ਨੂੰ ਕੀ ਕਰ ਦਿੰਦੇ ਆ ਜਾਂ ਕੋਈ ਹੋਰ ਹੈ, ਉਹਨਾਂ 'ਤੇ ਤੁਸੀਂ ਗੱਲ ਨਹੀਂ ਕਰਦੇ, ਉਹਨਾਂ 'ਤੇ ਵੀ ਕਰੋ ਗੱਲ, ਯੂਟਿਊਬ 'ਤੇ ਕਿੰਨੀਆਂ ਭਰੀਆਂ ਪਈਆਂ ਨੇ ਵੀਡੀਓ, ਮੇਰੇ ਵਟਸਐਪ 'ਤੇ ਮੈਸੇਜ ਕਰੋ, ਮੈਂ ਭੇਜਦਾ ਤੁਹਾਨੂੰ ਇਹੋ ਜਿਹੀਆਂ ਵੀਡੀਓ, ਉਹਨਾਂ ਨਾਲ ਲਓ ਪੰਗੇ, ਸਰੇਆਮ ਗੰਦ ਬੋਲਿਆ ਵਾ ਦੇਵੀ ਦੇਵਤਿਆਂ ਨੂੰ, ਉਹਦੇ ਮਗਰ ਕੋਈ ਨਹੀਂ ਪੈਂਦਾ, ਸਰੇਆਮ ਗੰਦ ਬੋਲਿਆ ਵਿਆ, ਸ਼ਰਿਆਂ ਚਿੱਤਰ ਬਣਾਏ ਪਏ ਨੇ ਮੰਦਰਾਂ ਦੇ ਵਿੱਚ, ਨੰਗੀਨ ਨੰਗਹੀਣ, ਅਸੀਂ ਜਦੋਂ ਪੜ੍ਹਦੇ ਹੁੰਦੇ ਸੀ ਉਦੋਂ ਵੀ ਫੋਟੋਆਂ ਦੇਖਦੇ ਹੁੰਦੇ ਸੀ ਮੂਰਤੀਆਂ ਦੇਵੀ ਦੇਵਤੇ ਦੀਆਂ ਗੰਦੀਆਂ ਮੂਰਤੀਆਂ, ਉਹਨਾਂ ਨੂੰ ਨਹੀਂ ਕਹਿੰਦੇ ਤੁਸੀਂ ਹਿੰਦੂ, ਮੈਂ ਆਪ ਹਿੰਦੂ ਹਾਂ, ਉਹਨਾਂ ਨੂੰ ਕਿਉਂ ਨਹੀਂ ਕਹਿੰਦੇ ਬਈ, ਉਹ ਕਦੇ ਚਰਿੱਤਰਾਂ ਦਾ ਤੁਸੀਂ ਵਿਰੋਧ ਕੀਤਾ, ਪੁਰਾਤਨ ਸਮੇਂ ਤੋਂ ਚੱਲ ਰਹੇ ਨੇ, ਉਹ ਤਾਂ ਦੇਖ ਕੇ ਥੋੜ੍ਹੀਆਂ ਖੁਸ਼ ਹੁੰਦੀਆਂ ਨੇ, ਉਹ ਤਾਂ ਬੜੀਆਂ ਖੁਸ਼ ਹੁੰਦੀਆਂ ਨੇ ਸਾਰੀਆਂ, ਦੰਦ ਕਰਦੀਆਂ ਨਹੀਂ ਸੱਚੀਆਂ ਨੇ ਗੱਲਾਂ, ਸੱਚ ਕੌੜਾ ਹੁੰਦਾ, ਬਰਦਾਸ਼ਤ ਕਰਨਾ ਸਿੱਖੋ, ਕਹਿੰਦੇ ਤੇਰੀ ਉੱਤਰੀ ਭਾਰਤ ਦੇ ਵਿੱਚ ਵੀਡੀਓ ਉਹ ਹੋ ਗਿਆ ਇਹ ਹੋ ਗਿਆ, ਠੀਕ ਹੈ ਨਾ ਗੱਲ, ਆਪਾਂ ਡਰਦੇ ਨਹੀਂ ਕਿਸੇ ਤੋਂ, ਡਰਨਾ ਰੱਬ ਤੋਂ ਆ, ਰੱਬ ਹਰ ਧਰਮ ਕਰਦੇ ਆ, ਹਿੰਦੂ ਧਰਮ ਦਾ ਬਹੁਤ ਸਤਿਕਾਰ ਕਰਦਾ, ਮੇਰੇ ਭਾਈ ਦਾ ਮੈਂ ਦੁਬਾਰਾ ਦੱਸਣਾ ਚਾਹੁੰਦਾ, ਮੈਂ ਇੱਕ ਹਿੰਦੂ ਹਾਂ, ਹਿੰਦੂਆਂ ਦਾ ਮੁੰਡਾ, ਮੈਨੂੰ ਗੋਤਰ ਪੁੱਛ ਰਹੇ ਨੇ ਮੇਰਾ ਗੋਤਰ ਕੀ ਹੈ, ਮੇਰਾ ਕਾਨਵ ਰਿਸ਼ੀ ਗੋਤਰ ਹੈ, ਭਾਰਦਵਾਜ ਗੋਤਰ ਹੈ ਸਾਡੇ ਰਿਸ਼ਤੇਦਾਰਾਂ ਦਾ, ਕਾਨਵ ਰਿਸ਼ੀ ਵੀ ਹੈ, ਮੋਦਗਿੱਲ ਵੀ ਹੈ, ਮੈਨੂੰ ਸਭ ਪਤਾ ਧਰਮਾਂ ਬਾਰੇ, ਅਸੀਂ ਸਾਡਾ ਪੂਰਵਜ ਕੌਣ ਸੀ ਪਤਾ, ਅੱਧਿਆਂ ਨੂੰ ਤਾਂ ਇਹ ਨਹੀਂ ਪਤਾ ਹੋਣਾ, ਪਰਸੂ ਰਾਮ ਇੱਕ ਯੋਧਾ ਹੋਇਆ, ਸਿੱਖ ਧਰਮ ਦੇ ਲਈ ਵੀ ਬਹੁਤ ਕੁਰਬਾਨੀਆਂ ਕੀਤੀਆਂ ਨੇ ਹਿੰਦੂ ਧਰਮ ਹਿੰਦੂ ਲੋਕ, ਸਤੀਦਾਸ ਜੀ ਨੌਲੇਜ ਵੀ ਬਹੁਤ ਹੈ, ਉਹ ਮਜ਼ਾਕ ਸੀ ਯਾਰ ਇੱਕ,
ਇਹ ਸਾਨੂੰ ਕੀ ਪਤਾ ਸੀ ਵੀ ਇੱਥੇ ਤੱਕ ਸਾਡੇ ਲੋਕਾਂ ਦੀ ਸੋਚ ਇੱਥੇ ਖੜੀ ਹੈ। ਮੈਨੂੰ ਨਹੀਂ ਪਤਾ ਸੀ ਇਹ ਗੱਲ ਦਾ ਵੀ ਸਾਡੇ ਲੋਕਾਂ ਦੀ ਸੋਚ ਇੱਥੇ ਖੜ ਗਈ ਯਾਰ। ਠੀਕ ਹੈ ਬਾਈ, ਅਤੇ ਜੇ ਗਲਤੀ ਫਲਤੀ ਹੋ ਗਈ ਮਾਫ਼ ਕਰਿਓ, ਅਤੇ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਜੇ ਕਿਸੇ ਨੇ ਬਹਿ ਕੇ ਵੀ ਗੱਲ ਕਰਨੀ ਆ ਬਹਿ ਕੇ ਵੀ ਕਰ ਸਕਦੇ ਹਾਂ, ਨੋ ਪ੍ਰੋਬਲਮ, ਨੋ ਕੋਈ ਚੱਕਰ ਨਹੀਂ। ਅਤੇ ਤੁਸੀਂ ਬਹਿ ਕੇ ਵੀ ਗੱਲ ਕਰ ਸਕਦੇ ਹੋ, ਲੋਕ ਆਪਾਂ ਨੂੰ ਪਹਿਚਾਣਦੇ ਵੀ ਹੈ, ਪਿਆਰ ਵੀ ਕਰਦੇ ਹੈ। ਅਤੇ ਬਹੁਤ ਥੈਂਕ ਯੂ ਤੁਹਾਡਾ ਸਾਰਿਆਂ ਦਾ ਪਿਆਰ ਕਰਨ ਵਾਲਾ ਇੰਨੇ ਲਾਈਵ ਵਿੱਚ ਜੁੜੇ। ਅਤੇ ਇੱਕ ਗੱਲ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਜਣੇ, ਹੈ ਨਾ, ਜਿੰਨੇ ਜੁੜੇ ਹੋ, ਅਤੇ ਦੱਬ ਕੇ ਸ਼ੇਅਰ ਕਰ ਦਿਓ ਹਰੇਕ ਹਿੰਦੂ ਅਤੇ ਹਰੇਕ ਸ਼ਰਮਾ ਤੱਕ ਗੱਲ ਪਹੁੰਚੇ। ਠੀਕ ਆ, ਅਤੇ ਇਹ ਗੱਲ ਆ, ਮੈਨੂੰ ਕਹਿੰਦੇ ਘੱਟ ਨਹੀਂ ਜਾਂਦਾ, ਘੱਟ ਨਹੀਂ, ਕਹਿੰਦੇ ਜੇ ਤੂੰ ਧਰਮ ਚੇਂਜ ਕਰਤਾ ਕਹਿੰਦੇ ਘੱਟ ਨਹੀਂ ਜਾਊਗਾ। ਪਰ ਇੱਕ ਗੱਲ ਹੋਰ ਆ, ਉਹ ਤੁਹਾਡੇ 'ਤੇ ਕਿੰਨੀਆਂ ਲੋਕ ਲਾਹਣਤਾਂ ਪਾਉਣਗੇ, ਇਹ ਗੱਲ ਤਾਂ ਨਹੀਂ ਤੁਸੀਂ ਸੋਚਿਆ ਹੋਣਾ। ਚਾਲੀ ਦੇਸ਼ ਦੀ, ਠੀਕ ਆ, ਅਤੇ ਬਹੁਤ ਥੈਂਕ ਯੂ। ਬਾਕੀ ਧਰਮ ਨਾਲ ਮੇਰੀ ਵੀਡੀਓ ਨਾ ਜੋੜੋ, ਜੇ ਤੁਹਾਨੂੰ ਲੱਗਦਾ ਜਿਹੜੇ ਸ਼ਰਮਾ ਫੈਮਿਲੀ ਤੋਂ ਜਾਂ ਹੋਰ, ਜੇ ਤੁਹਾਨੂੰ ਲੱਗਦਾ ਵੀ ਮੈਂ ਕੋਈ ਗਲਤ ਬੋਲਿਆ ਜਾਂ ਵੀਡੀਓ ਬਾਹਮਣੀ ਵਾਲੀ, ਠੀਕ ਆ, ਵਾਰੀ ਵਾਰ ਸੀ ਖੱਟਣ ਗਏ ਸੀ, ਖੱਟ ਕੇ ਲਿਆਂਦਾ ਸੂਟ ਜਾਮਣੀ, ਮੈਂ ਕਹਿੰਦਾ ਹਾਏ ਬਾਹਮਣੀ, ਹਾਏ ਬਾਹਮਣੀ, ਉਹ ਮੈਂ ਤਾਂ ਉਹੀ ਫਨ ਕਰਦਾ ਸੀ। ਮੈਂ ਕਿਸੇ ਦੀ ਕੁੜੀ ਨੂੰ ਨਹੀਂ ਕਿਹਾ ਹੈਗਾ, ਜੇ ਜੇ ਤੁਹਾਡੀ ਭੈਣ ਨੂੰ ਕਿਹਾ ਤਾਂ ਤੁਸੀਂ ਕਹੋ ਵੀ ਹਾਂ ਯਾਰ ਸਾਡੀ ਭੈਣ ਨੂੰ ਕਿਹਾ। ਤਨੋਜ ਨੇ ਨਾਂ ਲੈ ਕੇ ਕਿਹਾ ਕੁੜੀ ਦਾ, ਮੈਂ ਕਿਸੇ ਵੀ ਕੁੜੀ ਦਾ ਨਾਂ ਨਹੀਂ ਲਿਆ। ਪਰ ਮੈਨੂੰ ਨਹੀਂ ਪਤਾ ਸੀ, ਠੀਕ ਆ, ਇਹ ਗੱਲ ਹੋ ਗਈ। ਪਰ ਚਲੋ ਮੈਂ ਮਾਫ਼ੀ ਮੰਗਦਾ, ਅਤੇ ਜੇ ਕਿਸੇ ਨੇ ਕੋਈ ਬਹਿ ਕੇ ਗੱਲ ਕਰਨੀ ਆਪਣਾ ਬਹਿ ਕੇ ਗੱਲ ਕਰ, ਬਹਿ ਕੇ ਸਭ ਮਸਲੇ ਹੱਲ ਨੇ, ਠੀਕ ਆ, ਅਤੇ ਬਾਕੀ ਕੋਈ ਚੱਕਰ ਨਹੀਂ ਹੈਗੇ, ਅਤੇ ਮਰਨਾ ਵੀ ਇੱਕ ਦਿਨ ਹੀ ਆ। ਜੈ ਪਰਸ਼ੂਰਾਮ। ਅੱਜ ਕਹਿਣਾ ਬਾਹਮਣਾ ਮੈਂ, ਕੱਟਾ ਬਾਹਮਣ ਕੱਟਾ ਕਹਿੰਦੇ ਨੇ ਮੈਨੂੰ ਸਾਰੇ, ਫੜ ਮੈਂ ਕੀ ਕਰਾਂ ਉਹਨਾਂ ਡਾਂਗ ਮਾਰਾਂ ਯਾਰ। ਭਾਈਚਾਰੇ ਨੂੰ ਕਾਇਮ ਰੱਖਿਆ ਕਰੋ, ਅਸੀਂ ਹਸਾਉਣ ਵਾਲੇ ਲੋਕ ਹਾਂ ਤੁਹਾਨੂੰ, ਐਵੇਂ ਨਾ ਪਾਰਾ ਵਧਾਇਆ ਕਰੋ, ਇਹ ਤਾਂ ਤੁਹਾਡੇ ਖਾਤਰ ਵਧੀਆ ਵਧੀਆ ਚੀਜ਼ਾਂ ਲੈ ਕੇ ਆਉਂਦੇ ਹਾਂ। ਬਾਕੀ ਇੱਕ ਹੋਰ ਵੀ ਮੈਂ ਗੱਲ ਦੱਸਦਾ, ਮੈਂ ਹਿੰਦੂ ਧਰਮ ਦੇ ਬਾਰੇ ਵੀ ਬਹੁਤ ਜਾਣਕਾਰੀ ਦਿੰਦਾ ਰਹਿਣਾ ਲੋਕਾਂ ਨੂੰ, ਵਰਤਾਂ ਬਾਰੇ ਜਾਣਕਾਰੀ ਦਿੱਤੀ ਸੀ, ਹਿੰਦੂ ਗ੍ਰੰਥਾਂ ਬਾਰੇ ਜਾਣਕਾਰੀ ਦਿੰਦਾ ਰਹਿਣਾ ਲੋਕਾਂ ਨੂੰ, ਤੇ ਹਿੰਦੂ ਗ੍ਰੰਥਾਂ ਬਾਰੇ ਵੀ ਮੈਂ ਜਾਣਕਾਰੀ ਦਿੰਦਾ। ਕਦੇ ਉਹ ਤਾਂ ਕਿਸੇ ਨੇ ਸ਼ੇਅਰ ਕੀਤੀ ਨੀ, ਅੱਜ ਆ ਟਿਕਟੋਕ ਤੇ ਛੋਟੀ ਜਿਹੀ ਕਲਿੱਪ ਇਹ ਚੱਕ ਕੇ ਵਾਇਰਲ ਕਰਤੀ ਬਾਈ। ਕੋਈ ਵੀ ਗੱਲ ਆ, ਮੈਨੂੰ ਨਾ ਇੱਕ ਬੰਦੇ ਦਾ ਫੋਨ ਆਇਆ ਅੰਬਰਸਰ ਤੋਂ, ਕਹਿੰਦਾ ਬਾਈ ਮੈਂ ਉਹ ਬੋਲਦਾ, ਮੈਂ ਕੋਈ ਗੱਲ ਨਹੀਂ ਬਾਈ, ਕਹਿੰਦਾ ਯਾਰ ਡਿਲੀਟ ਕਰ ਦੇ ਤੈਨੂੰ, ਮੈਂ ਕਿਹਾ ਕੋਈ ਨਹੀਂ ਵੀਰੇ ਕਰ ਦੂੰ ਮੈਂ। ਅਤੇ ਉਸ ਤੋਂ ਬਾਅਦ ਮੈਨੂੰ ਕਈ ਇੱਕ ਦੋ ਨੇ ਗਾਲਾਂ ਜੀਆਂ ਕੱਢਤੀਆਂ, ਆਏ ਆ ਬਹਿ 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 ਡੁਬਕਾ ਆ ਭੈਣ ਦੀ ਲੱਕੜ ਥੋੜ੍ਹੀ ਦੀ, ਠੀਕ ਆ ਨਾ ਗੱਲ। ਬਾਕੀ ਬਹੁਤ ਉਹ ਪਬਲਿਸਿਟੀ ਲੈਣ ਲਈ ਪੇਜਾਂ 'ਤੇ ਵੀਡੀਓ ਪਾਈ ਜਾਂਦੇ ਨੇ ਮੇਰੇ ਬਾਰੇ, ਪਬਲਿਸਿਟੀ ਲੈਣ ਲਈ, ਉਹ ਪਬਲਿਸਿਟੀ ਦਾ ਯਾਰ ਨਹੀਂ ਭੁੱਖਾ, ਅਤੇ ਪਬਲਿਸਿਟੀ ਆਪਾਂ ਨੂੰ ਕੋਈ ਲੋੜ ਨਹੀਂ, ਪਬਲਿਸ ਬਹੁਤ ਵੱਡਾ ਨਾਂ ਰੱਬ ਨੇ ਦਿੱਤਾ, ਜਿੱਥੇ ਖੜ੍ਹਦੇ ਮੇਲੇ ਲਾ ਦਿੰਦੇ ਹਾਂ, ਠੀਕ ਆ। ਹਾਂ ਪ੍ਰੋਗਰਾਮ ਆਪਣੇ ਕੋਲ ਬੁੱਕ ਹੀ ਰਹਿੰਦੇ ਆ, ਅੱਜ ਵੀ ਮੈਂ ਹਿੰਦੂ ਫੈਮਿਲੀਆਂ ਦੇ ਵਿੱਚ ਸ਼ੋਅ ਕਰਨ ਲਈ ਜਾ ਰਿਹਾ, ਅਤੇ ਕੱਲ੍ਹ ਨੂੰ ਵੀ ਪਰਸੋਂ ਨੂੰ ਵੀ ਲਗਾਤਾਰ ਹਿੰਦੂ ਫੈਮਿਲੀਆਂ ਦੇ ਵਿੱਚ ਵੀ ਜਾਂਦਾ ਮੈਂ, ਮੈਂ ਸਾਰੇ ਧਰਮਾਂ ਦਾ ਰਿਸਪੈਕਟ ਕਰਦਾ, ਇੱਜ਼ਤ ਆ, ਠੀਕ ਆ ਜੀ। ਅਤੇ ਬਹੁਤ ਧੰਨਵਾਦ, ਥੈਂਕ ਯੂ, ਜੇ ਵੱਧ ਘੱਟ ਬੋਲਿਆ ਗਿਆ ਤਾਂ ਮਾਫ਼ ਕਰਿਓ। ਅਤੇ ਬਾਕੀ ਆ ਜਿਹੜੇ ਮੇਰੇ ਪੇਜ ਤੋਂ ਨੰਬਰ ਚੱਕ ਚੱਕ ਕਰ ਰਹੇ ਨੇ, ਉਹ ਮੇਰੇ ਮੁੰਡੇ ਸੁਣਦੇ ਆ ਫੋਨ, ਕਿਉਂਕਿ ਮੈਂ ਤਾਂ ਇੰਨਾ ਵਿਹਲਾ ਵੀ ਨਹੀਂ ਹੈਗਾ ਵੀ ਫੋਨ ਸੁਣਾ, ਅਤੇ ਉਹਨਾਂ ਨਾਲ ਬੈਸਣ ਦੀ ਕੋਈ ਲੋੜ ਨਹੀਂ ਹੈਗੀ, ਜੇ ਕਰਨੀਆਂ ਅਤੇ ਦਾਵਾਂ ਤਾਂ 1 ਚ 4 ਦੇ ਵੱਜਿਓ, ਠੀਕ ਆ, ਓਕੇ, ਥੈਂਕ ਯੂ।